ਸਤਿ ਸ਼੍ਰੀ ਅਕਾਲ ਜੀ, ਚੜ੍ਹਦੀ ਕਲਾ ਟਾਈਮ ਟੀਵੀ ਵੇਖ ਰਹੇ ਸਾਰੇ ਦਰਸ਼ਕਾਂ ਦਾ ਨੌਰਥ ਅਮਰੀਕਾ ਨਿਊਜ਼ ਵਿੱਚ ਸਵਾਗਤ ਹੈ। ਮੈਂ ਹਾਂ ਤੁਹਾਡੇ ਨਾਲ ਮਨਦੀਪ ਕੌਰ ਖਾਲਸਾ ਅਤੇ ਖਬਰਾਂ ਦੀ ਸ਼ੁਰੂਆਤ ਕਰ ਲੈਂਦੇ ਹਾਂ। ਇਰਾਕ ਦੀ ਰਾਜਧਾਨੀ ਬਗਦਾਦ ਵਿੱਚ ਅਮਰੀਕੀ ਦੂਤਘਰ ਦੇ ਨੇੜੇ 5 ਰਾਕੇਟ ਦਾਗੇ ਗਏ ਨੇ। AFP ਦੇ ਸੁਰੱਖਿਆ ਸੂਤਰਾਂ ਦੇ ਹਵਾਲੇ ਤੋਂ ਇਹ ਖਬਰ ਮਿਲੀ ਹੈ। ਇਰਾਨ ਦੇ ਨਾਲ ਤਣਾਅ ਤੋਂ ਬਾਅਦ ਕਈ ਵਾਰ ਬਗਦਾਦ ਸਥਿਤ ਅਮਰੀਕੀ ਦੂਤਘਰ ਦੇ ਨੇੜੇ ਹਮਲਾ ਹੋਇਆ ਹੈ। ਇਸ ਤੋਂ ਪਹਿਲਾਂ ਪੈਂਟਾਗਨ ਨੇ 24 ਜਨਵਰੀ ਨੂੰ ਦੱਸਿਆ ਸੀ ਕਿ ਇਰਾਕ ਵਿੱਚ ਅਮਰੀਕੀ ਫੌਜ ਦੇ ਇੱਕ ਫੌਜੀ ਅੱਡੇ 'ਤੇ ਹੀ ਇਰਾਨ ਦੇ ਮਿਜ਼ਾਈਲ ਹਮਲੇ ਵਿੱਚ 34 ਅਮਰੀਕੀ ਫੌਜੀਆਂ ਨੂੰ ਸੱਟਾਂ ਲੱਗੀਆਂ ਸਨ। ਇਲਾਜ ਤੋਂ ਬਾਅਦ ਕਈ ਫੌਜੀ ਆਪਣੀ ਡਿਊਟੀ 'ਤੇ ਵਾਪਸ ਵੀ ਆਏ ਨੇ। ਪੈਂਟਾਗਨ ਦੇ ਮੁੱਖ ਬੁਲਾਰੇ ਜੋਨਾਥਨ ਹਫਮੈਨ ਦੇ ਮੁਤਾਬਕ 34 ਵਿੱਚੋਂ 17 ਫੌਜੀ ਹੁਣ ਵੀ ਨਿਗਰਾਨੀ ਵਿੱਚ ਨੇ। ਹਾਲਾਂਕਿ ਰਾਸ਼ਟਰਪਤੀ ਟਰੰਪ ਨੇ ਸ਼ੁਰੂ ਵਿੱਚ ਕਿਹਾ ਸੀ ਕਿ 8 ਜਨਵਰੀ ਨੂੰ ਹੋਏ ਹਮਲੇ ਵਿੱਚ ਕੋਈ ਵੀ ਫੌਜੀ ਜ਼ਖਮੀ ਨਹੀਂ ਹੋਇਆ। ਫੌਜ ਨੇ ਕਿਹਾ ਕਿ ਹਮਲੇ ਤੋਂ ਤੁਰੰਤ ਬਾਅਦ ਮਾਮਲੇ ਸਾਹਮਣੇ ਨਹੀਂ ਆਏ ਸਨ ਅਤੇ ਕੁਝ ਮਾਮਲਿਆਂ ਵਿੱਚ ਕਈ ਦਿਨਾਂ ਬਾਅਦ ਜਾਣਕਾਰੀ ਮਿਲੀ ਹੈ। ਕੋਰੋਨਾ ਵਾਇਰਸ ਕੈਨੇਡਾ ਵਿੱਚ ਵੀ ਦਸਤਕ ਦੇ ਚੁੱਕਾ ਹੈ। ਚੀਨ ਦੇ ਵੁਹਾਨ ਸ਼ਹਿਰ ਵਿੱਚ ਹੜਕੰਪ ਮਚਾਉਣ ਤੋਂ ਬਾਅਦ ਇਹ ਵਾਇਰਸ ਦੁਨੀਆ ਵੱਲ ਆਪਣੇ ਕਦਮ ਵਧਾ ਰਿਹਾ ਹੈ। ਕੈਨੇਡਾ ਦੇ ਟੋਰਾਂਟੋ ਸ਼ਹਿਰ ਵਿੱਚ ਚੀਨ ਤੋਂ ਵਾਪਸ ਆਉਣ ਵਾਲੇ ਇੱਕ ਸ਼ਖਸ ਵਿੱਚ ਇਸ ਵਾਇਰਸ ਦਾ ਪਤਾ ਲੱਗਾ ਹੈ। ਇੱਥੋਂ ਦੀ ਪਬਲਿਕ ਹੈਲਥ ਏਜੰਸੀ ਦੇ ਪ੍ਰਮੁੱਖ ਐਲੀਨ ਡੀ ਵਿਲਾ ਨੇ ਟੋਰਾਂਟੋ ਵਿੱਚ ਪ੍ਰੈਸ ਕਾਨਫਰੰਸ ਵਿੱਚ ਇਸ ਗੱਲ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਕਿਹਾ ਹੈ ਕਿ ਸਾਡੇ ਕੋਲ ਕੋਰੋਨਾ ਵਾਇਰਸ ਦੀ ਪੁਸ਼ਟੀ ਦਾ ਪਹਿਲਾ ਮਾਮਲਾ ਹੈ। 22 ਜਨਵਰੀ ਨੂੰ ਚੀਨ ਤੋਂ ਇੱਕ ਸ਼ਖਸ ਕੈਨੇਡਾ ਆਇਆ ਸੀ। ਇਸ ਵਿਅਕਤੀ ਵਿੱਚ ਲੱਛਣ ਮਿਲਣ 'ਤੇ ਉਸਨੂੰ ਹਸਪਤਾਲ ਵਿੱਚ ਇਕੱਲਿਆਂ ਰੱਖਿਆ ਗਿਆ ਹੈ। ਉਸ ਦੇ ਨਮੂਨਿਆਂ ਦਾ ਪ੍ਰੀਖਣ ਕੀਤਾ ਜਾ ਰਿਹਾ ਹੈ। ਡਾਕਟਰ ਇਸ ਗੱਲ ਦੀ ਜਾਂਚ ਕਰ ਰਹੇ ਨੇ ਕਿ ਉਕਤ ਵਿਅਕਤੀ ਚੀਨੀ ਕੋਰੋਨਾ ਵਾਇਰਸ ਦੇ ਨਾਲ ਪੀੜਤ ਹੈ। ਦੱਸ ਦਈਏ ਕਿ ਅਮਰੀਕਾ ਦੇ ਵਾਸ਼ਿੰਗਟਨ ਵਿੱਚ ਵੀ ਇੱਕ ਵਿਅਕਤੀ ਇਸ ਵਾਇਰਸ ਦੀ ਲਪੇਟ ਵਿੱਚ ਹੈ। ਹੋਰ ਸ਼ੱਕੀ ਮਾਮਲਿਆਂ ਦਾ ਪ੍ਰੀਖਣ ਕੈਲੀਫੋਰਨੀਆ ਅਤੇ ਟੈਕਸਸ ਵਿੱਚ ਕੀਤਾ ਜਾ ਰਿਹਾ ਹੈ। ਐਟਲਾਂਟਿਕ ਦੇ ਬਾਹਰ ਬ੍ਰਿਟਿਸ਼ ਅਧਿਕਾਰੀਆਂ ਨੇ 14 ਲੋਕਾਂ ਦਾ ਪ੍ਰੀਖਣ ਕੀਤਾ ਹੈ, ਪਰ ਅਜੇ ਤੱਕ ਕਿਸੇ ਵੀ ਮਾਮਲੇ ਦੀ ਪੁਸ਼ਟੀ ਨਹੀਂ ਹੋਈ। ਕੋਰੋਨਾ ਵਾਇਰਸ ਨੇ ਯੂਰਪ ਵਿੱਚ ਵੀ ਦਸਤਕ ਦੇ ਦਿੱਤੀ ਹੈ। ਅਮਰੀਕਾ ਦੇ ਰਾਸ਼ਟਰਪਤੀ ਟਰੰਪ ਮੈਕਸੀਕੋ ਅਤੇ ਕੈਨੇਡਾ ਦੇ ਨਾਲ ਨਵੇਂ ਉੱਤਰੀ ਅਮਰੀਕੀ ਵਪਾਰ ਸਮਝੌਤੇ ਤੇ ਅਗਲੇ ਹਫ਼ਤੇ ਹਸਤਾਖਰ ਕਰਨਗੇ। ਵਾਈਟ ਹਾਊਸ ਦੇ ਇੱਕ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ ਹੈ। ਅਮਰੀਕਾ, ਮੈਕਸੀਕੋ ਅਤੇ ਕੈਨੇਡਾ ਦੇ ਕਈ ਸਾਲਾਂ ਦੀ ਗੱਲਬਾਤ ਤੋਂ ਬਾਅਦ ਇਹ ਸਮਝੌਤਾ ਕੀਤਾ ਗਿਆ ਹੈ। ਇਹ ਸਮਝੌਤਾ 1994 ਵਿੱਚ ਹੋਏ ਉੱਤਰੀ ਅਮਰੀਕੀ ਮੁਕਤ ਵਪਾਰ ਸਮਝੌਤੇ ਦੀ ਥਾਂ ਲਵੇਗਾ। ਅਮਰੀਕਾ ਦੀ ਸੈਨੇਟ ਨੇ ਇਸ ਨੂੰ ਨਵੇਂ ਸਮਝੌਤੇ ਨੂੰ ਪਿਛਲੇ ਹਫ਼ਤੇ ਮਨਜ਼ੂਰੀ ਦਿੱਤੀ ਹੈ। ਅਧਿਕਾਰੀਆਂ ਨੇ ਦੱਸਿਆ ਕਿ ਟਰੰਪ ਇਸ ਸਮਝੌਤੇ ਤੇ ਅਗਲੇ ਹਫ਼ਤੇ ਬੁੱਧਵਾਰ ਨੂੰ ਹਸਤਾਖਰ ਕਰਨਗੇ। ਨਵੇਂ ਸਮਝੌਤੇ ਵਿੱਚ ਵਾਹਨਾਂ ਦੇ ਨਿਰਮਾਣ, ਮੈਕਸੀਕੋ ਦੇ ਵਾਹਨ ਖੇਤਰ ਵਿੱਚ ਕੰਮ ਕਰ ਰਹੇ ਲੋਕਾਂ ਦੀ ਤਨਖਾਹ, ਈ ਵਣਜ, ਬੌਧਿਕ ਸੰਪਦਾ, ਨਿਵੇਸ਼ਕਾਂ ਲਈ ਵਿਵਾਦ ਹੱਲ ਵਿਵਸਥਾ ਆਦਿ ਨੂੰ ਲੈ ਕੇ ਨਵੇਂ ਪ੍ਰਾਵਧਾਨ ਕੀਤੇ ਗਏ ਨੇ। ਡੈਲਟਾ ਏਅਰਲਾਈਨਸ ਤੇ ਅਮਰੀਕਾ ਨੇ $50,000 ਦਾ ਜੁਰਮਾਨਾ ਲਾਇਆ ਹੈ। ਅਮਰੀਕੀ ਆਵਾਜਾਈ ਵਿਭਾਗ ਦਾ ਕਹਿਣਾ ਹੈ ਕਿ ਡੈਲਟਾ ਏਅਰਲਾਈਨਸ ਨੇ 3 ਮੁਸਲਮਾਨ ਯਾਤਰੀਆਂ ਨੂੰ ਜਹਾਜ਼ ਤੋਂ ਲਾ ਦਿੱਤਾ ਸੀ। ਇਸ ਤੋਂ ਬਾਅਦ ਇਹ ਕਦਮ ਚੁੱਕਿਆ ਗਿਆ ਹੈ। ਅਮਰੀਕੀ ਆਵਾਜਾਈ ਵਿਭਾਗ ਦੇ ਮੁਤਾਬਕ ਇਹ ਉਹਨਾਂ ਯਾਤਰੀਆਂ ਨਾਲ ਭੇਦਭਾਵ ਵਾਲਾ ਵਤੀਰਾ ਹੈ। ਅਮਰੀਕੀ ਆਵਾਜਾਈ ਵਿਭਾਗ ਨੇ ਇਲਜ਼ਾਮ ਲਾਇਆ ਕਿ ਡੈਲਟਾ ਏਅਰਲਾਈਨਸ ਨੇ ਯਾਤਰੀਆਂ ਨੂੰ ਲਾ ਕੇ ਐਂਟੀ ਬਾਇਸਡ ਕਾਨੂੰਨ ਦਾ ਉਲੰਘਣ ਕੀਤਾ ਹੈ। ਇਸ ਦੇ ਨਾਲ ਹੀ ਫਲਾਈਟ ਵਿੱਚ ਮੌਜੂਦ ਏਅਰਲਾਈਨ ਟੀਮ ਨੂੰ ਕਲਚਰ ਸੈਂਸਿਟੀਵਿਟੀ ਟ੍ਰੇਨਿੰਗ ਦੇਣ ਦੀ ਵੀ ਮੰਗ ਕੀਤੀ ਗਈ ਹੈ। ਡੈਲਟਾ ਏਅਰਲਾਈਨਸ ਨੇ ਇਸ 'ਤੇ ਸਫਾਈ ਦਿੰਦੇ ਹੋਏ ਕਿਹਾ ਹੈ ਕਿ ਮੁਸਲਿਮ ਯਾਤਰੀ ਸਿਕਿਉਰਿਟੀ ਪ੍ਰੋਟੋਕੋਲ ਨੂੰ ਫਾਲੋ ਨਹੀਂ ਕਰ ਪਾਏ, ਜਿਸ ਦੇ ਕਰਕੇ ਉਹਨਾਂ ਨੂੰ ਫਲਾਈਟ ਤੋਂ ਉਤਾਰਿਆ ਗਿਆ ਸੀ, ਜਦਕਿ ਇਸ ਨੂੰ ਧਰਮ ਨਾਲ ਜੋੜ ਕੇ ਵੇਖਿਆ ਜਾ ਰਿਹਾ ਹੈ, ਜੋ ਕਿ ਗਲਤ ਹੈ। ਪਿਛਲੇ 100 ਸਾਲਾਂ ਦੀ ਸਭ ਤੋਂ ਵੱਡੀ ਡਕੈਤੀ ਜਾਂ ਯੂਰਪ ਦੇ ਇਤਿਹਾਸ ਦੀ ਸਭ ਤੋਂ ਵੱਡੀ ਟੈਕਸ ਚੋਰੀ ਦੀ ਘਟਨਾ ਸਾਹਮਣੇ ਆਈ ਹੈ। ਦੋ ਇਨਵੈਸਟਮੈਂਟ ਬੈਂਕਰ ਮਾਰਟਿਨ ਸ਼ੀਲਡ ਅਤੇ ਪਾਲ ਮੋਰਾ ਨੇ ਕਾਮੇਕਸ ਟ੍ਰੇਡਿੰਗ ਸਕੀਮ ਦੇ ਰਾਹੀਂ ਕਈ ਯੂਰਪੀ ਦੇਸ਼ਾਂ ਦੇ ਖਜ਼ਾਨੇ ਤੋਂ $60 ਅਰਬ ਦੇ ਟੈਕਸ ਚੋਰੀ ਕੀਤੇ ਨੇ। ਦੱਸ ਦਈਏ ਕਿ ਇਸ ਘੁਟਾਲੇ ਨੂੰ 2006 ਤੋਂ 2011 ਦੇ ਦਰਮਿਆਨ ਅੰਜਾਮ ਦਿੱਤਾ ਗਿਆ। ਮਾਰਟਿਨ ਅਤੇ ਪਾਲ ਬੈਂਕ ਆਫ ਅਮਰੀਕਾ ਦੀ ਨਿਵੇਸ਼ ਬੈਂਕਿੰਗ ਸਾਖਾ ਮੇਰਿਲ ਲਿੰਚ ਲਈ ਕੰਮ ਕਰਦੇ ਸਨ। ਦੋਵਾਂ ਨੇ ਮਿਲ ਕੇ ਕਾਮੇਕਸ ਟ੍ਰੇਡਿੰਗ ਨਾਂ ਦੀ ਸਕੀਮ ਸ਼ੁਰੂ ਕੀਤੀ। ਇਸ ਦੇ ਤਹਿਤ ਡਬਲ ਟੈਕਸੇਸ਼ਨ ਤੋਂ ਬਚਾਇਆ ਜਾਂਦਾ ਸੀ। ਦੋਵਾਂ ਦੇ ਟੈਕਸ ਚੋਰੀ ਦੇ ਇਸ ਜਾਲ ਵਿੱਚ ਫਸ ਕੇ ਜਰਮਨੀ ਨੂੰ ਸਭ ਤੋਂ ਵੱਡਾ ਨੁਕਸਾਨ ਹੋਇਆ ਹੈ। ਉਹਨਾਂ ਦੇ ਖਜ਼ਾਨੇ ਨੂੰ ਕਰੀਬ 2.1 ਲੱਖ ਕਰੋੜ ਦਾ ਚੂਨਾ ਲੱਗਿਆ ਹੈ। ਜਰਮਨ ਤੋਂ ਬਾਅਦ ਫਰਾਂਸ ਨੂੰ 1.2 ਲੱਖ ਕਰੋੜ ਟੈਕਸ ਚੋਰੀ ਦਾ ਸ਼ਿਕਾਰ ਹੋਣਾ ਪਿਆ ਹੈ। ਇਹਨਾਂ ਤੋਂ ਇਲਾਵਾ ਸਪੇਨ, ਇਟਲੀ, ਬੈਲਜੀਅਮ, ਆਸਟਰੀਆ, ਨਾਰਵੇ, ਫਿਨਲੈਂਡ ਅਤੇ ਪੋਲੈਂਡ ਜਿਹੇ ਦੇਸ਼ਾਂ ਨੂੰ ਵੀ ਟੈਕਸ ਚੋਰੀ ਦਾ ਸ਼ਿਕਾਰ ਹੋ ਕੇ ਭਾਰੀ ਨੁਕਸਾਨ ਝੱਲਣਾ ਪਿਆ ਹੈ। ਦੱਸ ਦਈਏ ਕਿ ਦੁਬਈ ਵਾਸੀ ਅਤੇ ਭਾਰਤੀ ਮੂਲ ਦਾ ਬ੍ਰਿਟਿਸ਼ ਨਾਗਰਿਕ ਸੰਜੇ ਸ਼ਾਹ ਇਸ ਟੈਕਸ ਚੋਰੀ ਦੀ ਵਾਰਦਾਤ ਵਿੱਚ ਸ਼ਾਮਲ ਸੀ। ਇਸ ਨੇ ਇਸੇ ਸਕੀਮ ਤਹਿਤ ਹੀ ਡੈਨਮਾਰਕ ਦੇ ਸਰਕਾਰੀ ਖਜ਼ਾਨੇ ਨੂੰ ਕਰੀਬ 14,000 ਕਰੋੜ ਰੁਪਏ ਦਾ ਚੂਨਾ ਲਾਇਆ ਹੈ। ਇਸ ਸਭ ਤੋਂ ਵੱਡੀ ਟੈਕਸ ਚੋਰੀ ਦੇ ਮਾਮਲੇ ਦੀ ਸੁਣਵਾਈ ਜਰਮਨੀ ਦੀ ਇੱਕ ਅਦਾਲਤ ਵਿੱਚ ਪਿਛਲੇ ਸਤੰਬਰ ਤੋਂ ਚੱਲ ਰਹੀ ਹੈ। ਇਸ ਫਰਵਰੀ ਤੱਕ ਚੱਲਣ ਵਾਲੀ ਇਸ ਮਾਮਲੇ ਦੀ ਸੁਣਵਾਈ ਵਿੱਚ ਸਭ ਤੋਂ ਵੱਡੀ ਚੁਣੌਤੀ ਵਕੀਲਾਂ ਲਈ ਮਾਰਟਿਨ ਅਤੇ ਪਾਲ ਨੂੰ ਦੋਸ਼ੀ ਸਾਬਤ ਕਰਨਾ ਹੈ। ਭਾਰਤ ਦਾ 71ਵਾਂ ਗਣਤੰਤਰ ਦਿਵਸ ਜਿੱਥੇ ਭਾਰਤ ਵਿੱਚ ਪੂਰੀ ਧੂਮਧਾਮ ਦੇ ਨਾਲ ਮਨਾਇਆ ਗਿਆ, ਉੱਥੇ ਹੀ ਵਿਦੇਸ਼ਾਂ ਵਿੱਚ ਇਹ ਦਿਵਸ ਭਾਰਤੀ ਮੂਲ ਦੇ ਲੋਕ ਆਪਣੇ ਦੇਸ਼ ਦੇ ਨੁਮਾਇੰਦਿਆਂ ਨਾਲ ਮਿਲ ਕੇ ਮਨਾਉਂਦੇ ਨੇ। ਟੋਰਾਂਟੋ ਕੌਂਸਲੇਟ ਜਨਰਲ ਵੱਲੋਂ ਕੌਂਸਲੇਟ ਆਫਿਸ ਵਿਖੇ ਗਣਤੰਤਰ ਦਿਵਸ ਦੇ ਮੌਕੇ 'ਤੇ ਵਿਸ਼ੇਸ਼ ਸਮਾਗਮ ਹੋਏ। ਪੇਸ਼ ਹੈ ਚਮਕੌਰ ਮਾਛੀਕੇ ਦੀ ਇੱਕ ਖਾਸ ਰਿਪੋਰਟ।
ਟੋਰਾਂਟੋ ਕੌਂਸਲੇਟ ਜਨਰਲ ਵੱਲੋਂ ਭਾਰਤੀ ਭਾਈਚਾਰੇ ਦੇ ਲੋਕਾਂ ਦੇ ਨਾਲ ਮਿਲ ਕੇ ਕੌਂਸਲੇਟ ਆਫਿਸ ਦੇ ਵਿੱਚ ਗਣਤੰਤਰਤਾ ਦਿਵਸ ਦੇ ਮੌਕੇ ਵਿਸ਼ੇਸ਼ ਸਮਾਗਮ ਕਰਵਾਏ ਗਏ। ਕੌਂਸਲੇਟ ਜਨਰਲ ਆਫ ਇੰਡੀਆ ਇਨ ਟੋਰਾਂਟੋ ਸ਼੍ਰੀਮਤੀ ਅਪੂਰਵਾ ਸ਼੍ਰੀਵਾਸਤਵਾ ਨੇ ਇਸ ਮੌਕੇ ਤੇ ਆਪਣੇ ਭਾਸ਼ਣ ਦੌਰਾਨ ਭਾਰਤ ਦੇਸ਼ ਦੀ ਏਕਤਾ ਅਤੇ ਅਖੰਡਤਾ ਦੇ ਉੱਪਰ ਜ਼ੋਰ ਦਿੰਦਿਆਂ ਭਾਰਤੀ ਮੂਲ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਭਾਰਤੀ ਲੋਕਤੰਤਰ ਨੂੰ ਹੋਰ ਮਜ਼ਬੂਤ ਕਰਨ ਲਈ ਆਪਣਾ ਯੋਗਦਾਨ ਦੇਣ। ਇਸ ਮੌਕੇ ਆਮ ਲੋਕਾਂ ਤੋਂ ਇਲਾਵਾ ਰਾਜਨੀਤਿਕ ਲੋਕਾਂ ਨੇ ਵੀ ਵੱਡੀ ਗਿਣਤੀ ਵਿੱਚ ਸ਼ਿਰਕਤ ਕੀਤੀ। ਭਾਰਤ ਦਾ ਰਾਸ਼ਟਰੀ ਗੀਤ ਗਾਇਆ ਗਿਆ ਅਤੇ ਰੰਗਾਰੰਗ ਪ੍ਰੋਗਰਾਮ ਵੀ ਪੇਸ਼ ਕੀਤਾ ਗਿਆ। ਮਿਸੀਸਾਗਾ ਸਟ੍ਰੀਟਸਵਿਲੇ ਤੋਂ MPP ਨੀਨਾ ਤਾਂਗੜੀ ਨੇ ਵੀ ਇਸ ਮੌਕੇ ਤੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ। ਇਸੇ ਤਰ੍ਹਾਂ ਕੈਨੇਡੀਅਨ ਇੰਡੀਅਨ ਐਸੋਸੀਏਸ਼ਨ ਹਲਟਰ ਰੀਜਨ ਵੱਲੋਂ ਵੀ ਮਿਲਟਨ ਲਾਇਨਸ ਕਲੱਬ ਹਾਲ ਵਿਖੇ ਭਾਰਤੀ ਗਣਤੰਤਰ ਦਿਵਸ ਮਨਾਇਆ ਗਿਆ। सभी को 71st रिपब्लिक डे जो हमारा है उसके उपलक्ष्य पे बहुत बहुत बधाइयाँ। और जैसे कि आपको पता है कि ये कॉन्स्टिट्यूशन इस दिन फोर्स पे आया था, इसलिए ये हम रिपब्लिक डे मनाते हैं। तो इसलिए मैं सबसे अपील करूँगी कि हम लोग जो हैं सब लोग कॉन्स्टिट्यूशन के जो प्रिंसिपल्स हैं, जो एथोस हैं, उनको फॉलो करें और अपने देश को आगे बढ़ाएं। इसी के साथ मैं फिर से आप सभी को 71st रिपब्लिक डे गणतंत्र दिवस की बहुत बहुत शुभकामनाएँ देती हूँ। हज़ारों सालों की शहादतें, हज़ारों सालों की कुर्बानियों तो बाद ਤੁਗਲਕ ਰਾਜ ਦੇਖਿਆ, ਇਬਰਾਹਿਮ ਲੋਧੀ ਦਾ ਰਾਜ ਦੇਖਿਆ, ਮੁਹੰਮਦ ਗੋਰੀ ਦੇਖਿਆ, ਬਾਬਰ ਆਇਆ, ਬਾਬਰ ਤੋਂ ਬਾਅਦ ਹਿਮਾਯੂ ਆਇਆ, ਹਿਮਾਯੂ ਤੋਂ ਬਾਅਦ ਅਕਬਰ ਆਇਆ, ਅਕਬਰ ਤੋਂ ਬਾਅਦ ਜਹਾਂਗੀਰ ਆਇਆ, ਜਹਾਂਗੀਰ ਤੋਂ ਬਾਅਦ ਸ਼ਾਹਜਹਾਨ, ਸ਼ਾਹਜਹਾਨ ਤੋਂ ਬਾਅਦ ਔਰੰਗਜ਼ੇਬ, ਉਦੋਂ ਬਾਅਦ ਪਤਾ ਨਹੀਂ ਕਿੰਨੇ ਕੁ ਦਿੱਲੀ ਦੇ ਤਖ਼ਤ 'ਤੇ ਰਹੇ। ਅੱਜ 1857 ਦੀ ਲੜਾਈ ਤੋਂ ਬਾਅਦ ਬ੍ਰਿਟਿਸ਼ ਪਾਰਲੀਮੈਂਟ ਨੇ ਜਦੋਂ ਕਾਨੂੰਨ ਪਾਸ ਕੀਤਾ ਗਵਰਨਮੈਂਟ ਆਫ ਇੰਡੀਆ ਦਾ, ਬ੍ਰਿਟਿਸ਼ ਕਰਾਊਨ ਦੇ ਕੋਲ ਸਾਰੀਆਂ ਪਾਵਰਸ ਈਸਟ ਇੰਡੀਆ ਕੰਪਨੀ ਕੋਲ ਚਲੀ ਗਈਆਂ ਔਰ ਫਾਈਨਲੀ 15 ਅਗਸਤ 1947 ਨੂੰ ਦੇਸ਼ ਆਜ਼ਾਦ ਹੋਇਆ। ਦੇਸ਼ ਦੀ ਆਜ਼ਾਦੀ ਤੋਂ ਬਾਅਦ ਸਾਨੂੰ ਇੱਕ ਤਰੀਕਾ ਚਾਹੀਦਾ ਸੀ ਜ਼ਿੰਦਗੀ ਜਿਉਣ ਦਾ। ਹਜ਼ਾਰਾਂ ਸਾਲਾਂ ਦੀ ਗੁਲਾਮੀ ਤੋਂ ਬਾਅਦ ਰਿਪਬਲਿਕ ਕੌਂਸਟੀਟਿਊਸ਼ਨ, ਇੱਕ ਸੰਵਿਧਾਨ ਬਣਾਇਆ ਗਿਆ ਜਿਹਦੇ ਵਿੱਚ ਚੈੱਕਸ ਐਂਡ ਬੈਲੈਂਸ, ਜੁਡੀਸ਼ਰੀ ਔਰ ਹਰ ਪਾਸੇ ਦੇਖਿਆ ਜਾਏ। ਉਸ ਟਾਈਮ ਦੇ ਸਾਡੇ ਜਿਹੜੇ ਲੀਡਰ ਸਾਹਿਬਾਨ ਸਨ, ਪੰਡਿਤ ਜਵਾਹਰ ਲਾਲ ਨਹਿਰੂ, ਮਹਾਤਮਾ ਗਾਂਧੀ ਜੀ, ਪਟੇਲ ਸਾਹਿਬ, ਚੌਧਰੀ ਭੁਪਿੰਦਰ ਸਿੰਘ ਹੁੱਡਾ ਦੇ ਫਾਦਰ ਸਾਹਿਬ, ਚੌਧਰੀ ਰਣਬੀਰ ਸਿੰਘ, ਬਲਦੇਵ ਸਿੰਘ, ਹੋਰ ਡਾਕਟਰ ਰਜਿੰਦਰ ਪ੍ਰਸਾਦ, ਅੱਜ ਸਾਰਿਆਂ ਨੂੰ ਯਾਦ ਕਰਨ ਦੀ ਲੋੜ ਹੈ। ਡਾਕਟਰ BR ਅੰਬੇਡਕਰ ਸਾਹਿਬ ਨੇ ਜਿਹੜਾ ਸੰਵਿਧਾਨ ਲਿਖ ਕੇ ਦਿੱਤਾ ਉਹਦੇ ਉੱਤੇ ਅਸੀਂ ਸਭ ਚੱਲੀਏ ਔਰ ਉਹਦੀ ਸੁਰੱਖਿਆ ਕਰੀਏ ਸੰਵਿਧਾਨ ਦੀ, ਵੀ ਸਾਡੇ ਸੰਵਿਧਾਨ ਨੂੰ ਪ੍ਰੋਟੈਕਸ਼ਨ ਵੱਧ ਤੋਂ ਵੱਧ ਮਿਲੇ ਕਿ ਦੁਬਾਰਾ ਸਾਨੂੰ ਉਸ ਜੰਜੀਰ ਦੇ ਵਿੱਚ ਨਾ ਪੈਣਾ ਪਏ ਜਿਹਦੇ ਵਿੱਚ ਅਸੀਂ ਆਲਰੇਡੀ ਇੱਕ ਵਾਰ ਲੰਘ ਚੁੱਕੇ ਹਾਂ। ਮੇਰੇ ਵੱਲੋਂ ਕੁੱਲ ਦੁਨੀਆ ਨੂੰ, ਗਲੋਬਲ ਹਰਿਆਣਾ ਚੈਂਬਰ ਆਫ ਕਾਮਰਸ ਵੱਲੋਂ ਬਹੁਤ ਬਹੁਤ ਰਿਪਬਲਿਕ ਡੇ ਦੇ ਬਹੁਤ ਬਹੁਤ ਵਧਾਈ। ਸਭ ਤੋਂ ਪਹਿਲੇ ਤਾਂ ਮੈਂ ਸਭੀ ਕੋ ਆਜ ਇੰਡੀਆ ਕੇ ਰਿਪਬਲਿਕ ਡੇ ਪੇ ਵਧਾਈਆਂ ਦੇਣਾ ਚਾਹਤਾ ਹੂੰ। ਇਟਸ ਗ੍ਰੇਟ ਟੂ ਬੀ ਹੀਅਰ ਐਟ ਦ ਕੌਂਸਲੇਟਸ ਆਫਿਸ। ਇੱਕ ਚੀਜ਼ ਆਪ ਦੇਖ ਰਹੇ ਹੈ ਕਿ ਇਟਸ ਗ੍ਰੇਟ ਦੈਟ ਵੈਨ ਯੂ ਸੀ ਦ ਡਾਇਸਪੋਰਾ, ਵੈਨ ਯੂ ਸੀ ਦ ਪੀਪਲ ਆਫ ਇੰਡੀਅਨ ਓਰੀਜਿਨ ਇਨ ਕੈਨੇਡਾ ਜੋ ਸਭ ਸਾਥ ਮੈਂ ਮਿਲ ਕੇ ਵੈਨ ਦੇ ਆਰ ਸੈਲੀਬ੍ਰੇਟਿੰਗ ਦ ਰਿਪਬਲਿਕ ਡੇ, ਆਲ ਦ ਥੈਂਕਸ ਗੋਸ ਟੂ ਐਂਡ ਐਪਰੀਸ਼ੀਏਸ਼ਨ ਗੋਸ ਟੂ ਦ ਕੌਂਸਲੇਟ ਜਨਰਲ ਸ਼੍ਰੀ ਅਪੂਰਵਾ ਸ਼੍ਰੀਵਾਸਤਵ ਜੀ, ਦੈਟ ਸੀ ਹੈਸ ਪੁੱਟ ਸੱਚ ਐਂਡ ਸੀ ਐਨ ਹਰ ਟੀਮ ਹੈਜ਼ ਪੁੱਟ ਸੱਚ ਏ ਵੰਡਰਫੁਲ ਫੰਕਸ਼ਨ ਆਊਟ ਹੀਅਰ। ਐਂਡ ਯੇ ਰਿਪਬਲਿਕ ਡੇ ਔਰ ਸਪੈਸ਼ਲੀ ਰਿਪਬਲਿਕ ਡੇ ਐਂਡ ਆਲਸੋ ਔਨ ਦ ਸੇਮ ਥਿੰਗ ਇੰਡੀਪੈਂਡੈਂਸ ਡੇ, ਵੈਨ ਵੀ ਕਮ ਟੂ ਦ ਕੌਂਸਲੇਟ ਆਫਿਸ it gives us a different pride, it makes us very proud that we are all people from the origin of India. And at the same time we are seeing that how closely Canada India relations, Canada India are working together, both one of the largest, India is the largest democracy, Canada is again a democratic country, and how two democracies are working together to make the world a better place. And the message, which one of the thing which we see in the constitution of India, is how to make not only India as a better place, but at the same time how to work with the entire world and make a world as a better place. And let's keep on working together to grow the Canada India relation. Let's keep on working, how we can be the part of the India's progress and how we can utilize that for out here in Canada and take this to the next height. So again, wishing everybody, happy Republic Day. Let's enjoy the day and let's make ourselves proud
of that we are people from Indian origin and we are here in Canada celebrating the Republic Day. Thank you. Happy 71st Republic Day to everybody who is celebrating today. A great big thank you, Srimati Purvaji, Indian Council General, who has brought us here together today at the consulate office, which is the home of India in Toronto. And we had a flag raising and opening ceremony, and they have done a wonderful job. And we would like to invite you on behalf of Panorama, everybody, for next Sunday, February 2nd, to celebrate Republic Day with all of us. And Apurvaji, we will be holding it at Pearson Convention Center. And come with your families, your friends, 11 to 6 p.m. And once again, happy 71st Republic Day. Let's celebrate India together today in Toronto and also on Sunday, February 2nd at Pearson. Thank you. Aaj Ganatantra Divas ki sabko bahut bahut shubhkamnaye. आज हम सब यहाँ इकट्ठा हुए हैं ब्लोर और शर्बन पर, जो काउंसलेट जनरल ऑफ इंडिया के ऑफिस में बहुत बड़ी तादाद है यहाँ पर। तो गणतंत्र दिवस की खुशी पर एक बार हमारे सारे आपके देखने वालों को बहुत बहुत शुभकामनाएं। थैंक यू, जय हिंद। सब तो पहले मैं सबनों इंडिया 71st रिपब्लिक डे वालों अपने अपने वालों अपने परिवार वालों आई वांट टू गिव एवरीबॉडी अ वेरी वेरी हैप्पी कांग्रेचुलेशंस टू इंडिया 71st रिपब्लिक डे एंड वी आर हियर एट द काउंसल जनरल ऑफ इंडियाज ऑफिस फॉर द फ्लैग होस्टिंग इट्स अ वेरी वेरी बिजी डे हियर टुडे एंड इट्स वेरी एक्साइटिंग बिकॉज वी वांट टू अंडरस्टैंड व्हाट इट्स ऑल अबाउट क्योंकि इंडिया की जो कॉन्स्टिट्यूशन इट्स बेस्ड ऑन डेमोक्रेसी एंड वी हैव टू मेक श्योर द इंपॉर्टेंस ऑफ डेमोक्रेसी इज स्प्रेड ऑल ओवर द वर्ल्ड And we want to make sure that everybody understands that. And as India is the largest democracy in the world, it's a great example of what we can learn from. But also, we want to make sure that everyone understands that here at the Consul General of India's office is open for anything that we need, and my office is open for anything that I can help you with. My phone number is 905-569-1643, so feel free to reach out to me anytime. Happy India's Republic Day. ਗੁਰਦਸਤ ਤੇ ਆਪਣੇ ਜੋ 26 ਜਨਵਰੀ ਦਾ ਤਿਉਹਾਰ ਆ ਬੜੇ ਧੂਮਧਾਮ ਮਨਾਇਆ ਜਾ ਰਿਹਾ ਮਹਿਸੂਸ ਨਹੀਂ ਹੁੰਦਾ ਵੀ ਆਪਾਂ ਇੱਥੇ ਪਿੰਡ ਬਿਲਗੇ ਬੈਠੇ ਜਾਂ ਇੰਡੀਆ ਬੈਠੇ ਜਾਂ ਇੱਥੇ ਬੈਠੇ ਹਾਂ ਬਾਕੀ ਮੇਰੀ ਇਹ ਇੱਕ ਦਿਮਾਗ 'ਚ ਆਇਆ ਇਹ ਆਜ਼ਾਦੀ ਲੈਣ ਲਈ ਸਾਨੂੰ ਬਹੁਤ ਹੀ ਕੁਰਬਾਨੀਆਂ ਕਰਨੀਆਂ ਪਈਆਂ ਸਾਡੇ ਬਜ਼ੁਰਗਾਂ ਨੂੰ ਉਹਨਾਂ ਨੇ ਆਪਣਾ ਖੂਨ ਦਿੱਤਾ ਉਹ ਨੀਂਦਾਂ ਖਰਾਬ ਕੀਤੀਆਂ ਜਾਨਾਂ ਦਿੱਤੀਆਂ ਮੇਰਾ ਪਹਿਲੋਂ ਸਾਰਿਆਂ ਤੋਂ ਪਹਿਲਾਂ ਉਹਨਾਂ ਨੂੰ ਨਮਸਕਾਰ ਹੈ ਸਲੂਟ ਹੈ ਭਗਤ ਸਿੰਘ ਜੀ ਹੋਏ ਆ ਮਹਾਤਮਾ ਗਾਂਧੀ ਜੀ ਹੋਏ ਆ ਜੋ ਆਪਣੇ ਜਿਹੜੇ ਜਿਹੜੇ ਵੀ ਆ ਲਾਲਾ ਲਾਜਪਤ ਜੀ ਹੋਏ ਆ ਬੜੇ ਬੜੇ ਆਪਣੇ ਯੋਧੇ ਹੋਏ ਆ ਜਿਨ੍ਹਾਂ ਨੇ ਆਪਣੀਆਂ ਕੁਰਬਾਨੀਆਂ ਦਿੱਤੀਆਂ ਅਸੀਂ ਉਹਨਾਂ ਨੂੰ ਹਮੇਸ਼ਾ ਯਾਦ ਰੱਖੀਏ ਔਰ ਜਿਹੜਾ ਮੇਨ ਮਕਸਦ ਹੈਗਾ ਇਹਦਾ ਵੀ ਆਪਣਾ ਆਜ਼ਾਦੀ ਲਈ ਆ ਇਹਦੇ ਵਿੱਚ ਜਿਹੜੇ ਜੋ ਗਰੀਬਾਂ ਦਾ ਜੋ ਭਲਾ ਹੋ ਸਕੇ ਅਮੀਰਾਂ ਦਾ ਹੀ ਭਲਾ ਹੋ ਸਕੇ ਸੋ ਕਾਫੀ ਸੁਧਾਰ ਦੀ ਲੋੜ ਹੈ ਆ ਮੇਰੀ ਅਰਜ਼ ਹੈ ਜਿਹਨੇ ਪੋਲੀਟੀਸ਼ਨ ਹੈ ਮਿਨਿਸਟਰ ਆਫ ਇੰਡੀਆ ਵੀ ਇਹਦੀ ਵੀ ਨਿਗਾਹ ਰੱਖਣ ਜੋ ਡੈਮੇਜ ਅਸਲੀ ਮਤਲਬ ਇਹ ਆ ਵੀ ਜਿਹੜੇ ਗਰੀਬੀ ਕਰਪਸ਼ਨ ਵਗੈਰਾ ਦੂਰ ਕੀਤੀ ਜਾਵੇ ਔਰ ਖੁਸ਼ਹਾਲੀ ਹੋਵੇ ਜੇ ਅਸੀਂ ਉਹ ਕਰ ਲੈਂਦੇ ਹਾਂ ਅਸੀਂ ਆਪਣੇ ਆਪ ਹੀ ਇਸ ਆਜ਼ਾਦੀ ਦੇ ਨਾਲ ਵਧਾਈ ਦੇ ਪਾਤਰ ਬਣਦੇ ਹਾਂ ਮੈਂ ਸਾਊਥ ਏਸ਼ੀਅਨ ਇਨ ਓਨਟੈਰੀਓ ਜਿਹੜੀ ਕਿ ਨਾਨ ਪ੍ਰੋਫਿਟ ਨਾਨ ਰਿਲੀਜੀਅਸ ਐਂਡ ਨਾਨ ਪੋਲੀਟੀਕਲ ਆਰਗਨਾਈਜੇਸ਼ਨ ਹੈਗੀ ਹੈ ਅਸੀਂ ਨੈਟਵਰਕ ਰਾਹੀਂ ਸਾਰਿਆਂ ਨੂੰ ਇਕੱਠਾ ਕਰਨ ਦੀ ਕੋਸ਼ਿਸ਼ ਕਰਦੇ ਹਾਂ ਹਰ ਤਿਉਹਾਰ 'ਤੇ ਹਰ ਦਿਨ ਮਨਾਉਂਦੇ ਹਾਂ ਔਰ 25 ਸਾਲ ਤੋਂ ਅਸੀਂ ਇੰਡੀਪੈਂਡੈਂਸ ਡੇ ਆਫ ਇੰਡੀਆ ਐਂਡ ਅਦਰ ਫੈਸਟੀਵਲਸ ਦੀਵਾਲੀ ਪਾਰਲੀਮੈਂਟ ਦੇ ਅੰਦਰ ਵੀ ਮਨਾ ਰਹੇ ਹਾਂ ਔਰ ਇਸ ਟਾਈਮ ਅੱਜ 71ਵਾਂ ਰਿਪਬਲਿਕ ਡੇ ਹੈਗਾ ਇੰਡੀਆ ਦਾ ਵੇਅਰ ਆਈ ਵਿਸ਼ ਕੰਗਰੈਚੁਲੇਸ਼ਨਸ ਟੂ ਆਲ ਇੰਡੀਅਨਸ ਐਂਡ ਇੰਡੀਅਨਸ ਲਿਵਿੰਗ ਇਨ ਅਦਰ ਕੰਟਰੀਜ਼ ਐਂਡ ਫਰੈਂਡਸ ਆਫ ਇੰਡੀਆ ਪੀਪਲ ਫਰੋਮ ਓਰੀਜਨਸ ਆਫ ਇੰਡੀਆ ਕੰਗਰੈਚੁਲੇਟਰੀ ਟੂਡੇ ਬਿਕੋਜ਼ ਆਫ ਦਾ ਕੌਨਸਟੀਟਿਊਸ਼ਨ ਆਫ ਇੰਡੀਆ ਵਾਜ ਰਿਟਨ ਔਨ 26th of January ਐਂਡ ਆਈ ਹੋਪ ਕਿ ਜਿੰਨੇ ਵੀ ਸਾਡੇ ਪੋਲੀਟੀਸ਼ੀਅਨ ਸਪੈਸ਼ਲੀ ਹੈਗੇ ਆ ਉਹ ਸਾਰੇ ਕੌਨਸਟੀਟਿਊਸ਼ਨ ਨੂੰ ਫੋਲੋ ਕਰਨ ਔਰ ਉਸ ਚੀਜ਼ ਦੀ ਅੱਜ ਰਿਨਿਊਅਲ ਹੈ ਜਿਹੜੀ ਕਸਮ ਖਾਂਦੇ ਹੈ ਪਾਰਲੀਮੈਂਟ ਦੇ ਅੰਦਰ ਜਾਂ ਅਸੀਂ ਐਸ ਇੰਡੀਅਨ ਨਾਗਰਿਕ ਵੀ ਜਿਹੜੇ ਹੈਗੇ ਆ ਉਹ ਵੀ ਕੌਨਸਟੀਟਿਊਸ਼ਨ ਨੂੰ ਫੋਲੋ ਕਰੀਏ ਔਰ ਆਪਸ ਵਿੱਚ ਭਾਈਚਾਰੇ ਨਾਲ ਰਹੀਏ ਔਰ ਮਿਲ ਵਰਤ ਕੇ ਰਹੀਏ ਮੇਰੀ ਇਹੀ ਸਭ ਨਾਲ ਸ਼ੁਭਕਾਮਨਾ ਅਤੇ ਵਧਾਈ ਹੈ ਚੜ੍ਹਦੀ ਕਲਾ ਟਾਈਮ ਟੀਵੀ ਦੇ ਲਈ ਟੋਰਾਂਟੋ ਤੋਂ ਚਮਕੌਰ ਮਾਛੀਕੇ ਦੀ ਰਿਪੋਰਟ ਅਮਰੀਕੀ ਬਾਸਕਟਬਾਲ ਲੀਗ ਐਨ ਬੀ ਏ ਦੇ ਤਾਕੜ ਖਿਡਾਰੀ ਕੌਬੀ ਬ੍ਰਾਇਨ ਅਤੇ ਉਹਨਾਂ ਦੀ ਧੀ ਗਿਆਨਾ ਮਾਰੀਆ ਸਮੇਤ ਕੁੱਲ 9 ਵਿਅਕਤੀਆਂ ਦੀ ਮੌਤ ਹੋ ਗਈ ਹੈ ਕੌਬੀ ਆਪਣੇ ਨਿੱਜੀ ਹੈਲੀਕਾਪਟਰ ਵਿੱਚ ਸਵਾਰ ਸਨ ਅਮਰੀਕਾ ਦੇ ਕੈਲੀਫੋਰਨੀਆ ਦੇ ਕੈਲਾ ਬੈਜ਼ਲ ਵਿੱਚ ਹੋਏ ਇਸ ਹਾਦਸੇ ਦੀ ਖਬਰ ਸਾਹਮਣੇ ਆਉਣ ਤੋਂ ਬਾਅਦ ਕੌਬੀ ਦੇ ਫੈਨਸ ਅਤੇ ਖੇਡ ਦੀ ਦੁਨੀਆ ਵਿੱਚ ਦੁੱਖ ਦਾ ਮਾਹੌਲ ਹੈ ਅੱਜ ਦੀਆਂ ਨਾਰਥ ਅਮਰੀਕਾ ਨਿਊਜ਼ ਵਿੱਚ ਬਸ ਇੰਨਾ ਹੀ ਹੁਣ ਤੁਸੀਂ ਮੈਨੂੰ ਮਨਦੀਪ ਕੌਰ ਖਾਲਸਾ ਨੂੰ ਦਿਓ ਆਗਿਆ ਧੰਨਵਾਦ ਜੀ